ਆਓ ਸੁਣੀਏ ਮਨਮੋਹਨ 바ਵਾ ਦੀ ਕਹਾਣੀ ਇਕਲਵਿਆ ਇਸ ਕਹਾਣੀ ਦੀ ਪਿਠਭੂਮੀ ਅੱਜ ਤੋਂ ਤਕਰੀਬਨ 4000 ਵਰੇ ਪਹਿਲਾਂ ਤ੍ਰੈਗਾਰਤਾ ਰਾਜ ਦੀ ਹੈ ਜਿਸ ਦਾ ਖੇਤਰ ਅੱਜ ਕੱਲ ਦੇ ਹੁਸ਼ਿਆਰਪੁਰ ਅਤੇ ਕਾਂਗੜਾ ਦੇ ਆਲੇ ਦੁਆਲੇ ਦਾ ਖੇਤਰ ਸੀ ਇਕਲਵਿਆ ਹੁਸ਼ਿਆਰਪੁਰ ਅਤੇ ਦਸੂਹਾ ਵਿੱਚਕਾਰ ਵਸਦੇ ਟੋਲਬਾ ਅੱਜ ਕੱਲ ਟੋਲਬਾ ਦਾ ਰਹਿਣ ਵਾਲਾ ਸੀ ਮੇਤਾਨੀ ਜਾਤੀ ਦਾ ਦੇਸ਼ ਪ੍ਰਚੀਨ ਕਾਲ ਵਿੱਚ ਅੱਜ ਦਾ ਇਰਾਕ ਹੈ ਮੱਧ ਪ੍ਰਦੇਸ਼ ਦੀਆਂ ਕਈ ਆਦੀਵਾਸੀ ਜਾਤੀਆਂ ਦੇ ਲੋਕ ਅੱਜ ਵੀ ਇਕਲਵਿਆ ਵਾਂਗ ਚਾਰ ਉਂਗਲਾਂ ਨਾਲ ਹੀ ਤੀਰ ਚਲਾਉਂਦੇ ਹਨ ਮੇਰਾ ਨਾਂ ਇਕਲਵਿਆ ਹੈ ਅਸੁਰਾਂ ਦੀ ਕਿਰਾਤ ਜਾਤੀ ਦੇ ਸਰਦਾਰ ਹਿਰਨਾ ਤੁਨੂ ਦਾ ਪੁੱਤਰ ਇਕਲਵਿਆ ਜੇ ਮੈਂ ਆਰੀਆ ਹੁੰਦਾ ਛਤਰੀ ਪੁੱਤਰ ਹੁੰਦਾ ਤਾਂ ਸ਼ਾਇਦ ਮੇਰੇ ਬਾਰੇ ਮਹਾਪਾਰਤ ਵਿੱਚ ਬਹੁਤ ਕੁਝ ਲਿਖਿਆ ਜਾਣਾ ਸੀ ਇਹ ਵੀ ਸੰਭਵ ਹੈ ਕਿ ਦਰੋਣਾਚਾਰਿਆ ਗੁਰੂ ਦਖਣਾ ਦੇ ਬਹਾਨੇ ਮੇਰੇ ਕੋਲੋਂ ਮੇਰਾ ਅੰਗੂਠਾ ਨਾ ਮੰਗਦੇ ਤੇ ਮੈਂ ਅਰਜੁਨ ਵਾਂਗ ਜਾਂ ਉਸ ਤੋਂ ਵੀ ਵੱਡਾ ਤਨੁਖ ਤਾਰੀ ਕਹਾਇਆ ਜਾਂਦਾ ਪਰ ਇਹ ਸਭ ਕੁਝ ਮੇਰੇ ਭਾਗਾਂ ਵਿੱਚ ਨਹੀਂ ਸੀ ਆਪਣਾ ਅੰਗੂਠਾ ਕਟਵਾ ਕੇ ਮੈਂ ਘਰ ਬੈਠ ਗਿਆ ਹੋਵਾਂ ਜਾਂ ਮੱਝਾਂ ਚਰਾਉਂਦਿਆਂ ਆਪਣਾ ਜੀਵਨ ਬਿਤਾ ਦਿੱਤਾ ਹੋਵੇ ਇਹ ਵੀ ਨਹੀਂ ਹੋਇਆ ਤੁਸੀਂ ਚਾਹੇ ਜੋ ਵੀ ਕਹੋ ਪਰ ਮੈਂ ਅਰਜੁਨ ਵਰਗਾ ਕਟਿਆ ਬੰਦਾ ਬਹੁਤ ਘਟ ਵੇਖਿਆ ਹੈ ਜੋ ਉਪਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ ਸੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਜੀ ਪਰ ਕੇ ਅਰਜੁਨ ਤੋਂ ਬਦਲਾ ਲਿਆ ਜੇ ਸ਼ਿਕਾਇਤ ਹੈ ਤਾਂ ਮੈਨੂੰ ਵਿਆਸ ਰਿਸ਼ੀ ਤੋਂ ਕਿ ਉਹਨਾਂ ਨੇ ਮੇਰੀ ਉਸ ਅੰਗੂਠੇ ਵਾਲੀ ਘਟਨਾ ਉਪਰੰਤ ਕਿਥੇ ਵੀ ਮੇਰਾ ਜ਼ਿਕਰ ਕਰਨਾ ਉਚਿਤ ਨਹੀਂ ਸਮਝਿਆ ਕਿਉਂਕਿ ਉਸ ਨਾਲ ਉਹਨਾਂ ਦੇ ਆਰੀਆ ਅਭਿਮਾਨ ਨੂੰ ਠੇਸ ਪਹੁੰਚਦੀ ਸੀ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸਦਾ ਹਾਂ ਬਚਪਨ ਤੋਂ ਮੈਨੂੰ ਤਨੁਕ ਬਾਂਡ ਚਲਾਉਣ ਅਤੇ ਸ਼ਿਕਾਰ ਖੇਡਣ ਦਾ ਸ਼ੌਕ ਸੀ ਗਵੰਡੀ ਆਰੀਆ ਰਾਜਿਆਂ ਅਤੇ ਕਦੀ ਕਦੀ ਆਪਣੇ ਹੀ ਅਸੁਰ ਰਾਜਿਆਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਨਿਪੁੰਨ ਤਨੁਖਤਾਰੀ ਅਤੇ ਵੀਰ ਯੋਧਾ ਬਣਾ ਉਹਨੇ ਦਿਨੀ ਹਿਮਾਚਲ ਦੇ ਪਹਾੜਾਂ ਤੋਂ ਪਾਰ ਕਿਸੇ ਦੂਰ ਦੇਸ਼ ਤੋਂ ਮਿਤਾਨੀ ਜਾਤੀ ਦੇ ਕੁਝ ਯੋਧਾ ਇਸ ਪਾਸੇ ਆ ਨਿਕਲੇ ਉਹਨਾਂ ਵਿੱਚੋਂ ਹੀ ਮਹਾਸੁਰ ਨਾਂ ਦੇ ਬਿਰਦ ਤਨੁਖਤਾਰੀ ਤੋਂ ਮੈ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਅਤੇ 14 ਵਰੇ ਦਾ ਹੋਣ ਤੱਕ ਮੈਂ નિਪੁੰਨ ਤਲੁਖਤਾਰੀ ਬਣ ਗਿਆ ਜਿਨ੍ਹਾਂ ਦਿਨਾਂ ਦੀ ਇਹ ਗੱਲ ਹੈ ਉਨੀ ਦਿਨੀ ਮੈਂ ਆਪਣੇ ਪਿੰਡ ਢੋਲਵਾ ਤੋਂ ਜਮਨਾ ਨਦੀ ਕੰਢੇ ਵਸਦੇ ਆਪਣੇ ਮਾਮੇ ਦੇ ਪਿੰਡ ਗਿਆ ਹੋਇਆ ਸੀ ਇੱਕ ਦਿਨ ਮੈਂ ਤੇ ਮੇਰੇ ਮਾਮੇ ਦਾ ਪੁੱਤਰ ਲੂਮੜੀ ਦਾ ਪਿੱਛਾ ਕਰਦਿਆਂ ਜਮਨਾ ਨਦੀ ਤੱਕ ਪਹੁੰਚ ਗਏ। ਉੱਥੇ ਨਦੀ ਕੰਢੇ ਮੈਂ ਗਰੀਬੜਾ ਜਿਹਾ ਬ੍ਰਾਹਮਣ ਪਰਿਵਾਰ ਵੇਖਿਆ। ਇਹਨਾਂ ਵਿੱਚ ਦੋ ਛੋਟੇ-ਛੋਟੇ ਬੱਚੇ ਵੀ ਸਨ। ਇੱਕ ਬੱਚਾ ਰੋ ਰਿਹਾ ਸੀ ਤੇ ਦੁੱਧ ਪੀਣ ਦੀ ਜ਼ਿੱਦ ਕਰ ਰਿਹਾ ਸੀ। ਮੈਨੂੰ ਉਹਨਾਂ ਤੇ ਬਹੁਤ ਤਰਸ ਆਇਆ। ਮੈਂ ਜਾ ਕੇ ਆਖਿਆ, "ਤੁਸੀਂ ਐਵੇਂ ਕਿਉਂ ਰੁਵਾਈ ਜਾ ਰਹੇ ਹੋ ਇਸ ਬਾਲ ਨੂੰ?" ਉਹਨਾਂ ਦੱਸਿਆ ਕਿ ਉਹ ਗਰੀਬ ਮੁਸਾਫਰ ਹਨ ਅਤੇ ਚੌਲਾਂ ਦੇ ਕੁਝ ਦਾਣਿਆਂ ਦੇ ਇਲਾਵਾ ਉਹਨਾਂ ਕੋਲ ਖਾਣ ਲਈ ਹੋਰ ਕੁਝ ਨਹੀਂ। ਉਹ ਚੌਲਾਂ ਦੀ ਪਿੱਚ ਕੱਢ ਕੇ ਆਪਣੇ ਬੱਚੇ ਨੂੰ ਦੁੱਧ ਦਾ ਭਲੇਖਾ ਪਾਉਣ ਦਾ ਯਤਨ ਕਰ ਰਹੇ ਸਨ ਤੇ ਬੱਚਾ ਕਹਿ ਰਿਹਾ ਸੀ ਕਿ ਉਹ ਜਾਣਦਾ ਹੈ ਇਹ ਦੁੱਧ ਨਹੀਂ ਚੌਲਾਂ ਦੀ ਪਿੱਚ ਹੈ। ਮੈਂ ਦੌੜਿਆ ਦੌੜਿਆ ਆਪਣੇ ਮਾਮੇ ਕੋਲ ਗਿਆ ਤੇ ਉਸ ਨੂੰ ਉਹਨਾਂ ਗਰੀਬ ਬ੍ਰਾਹਮਣਾਂ ਦੀ ਦੁਰਦਸ਼ਾ ਬਾਰੇ ਦੱਸਿਆ। ਕੁਝ ਖਾਣ ਪੀਣ ਦੀ ਸਮੱਗਰੀ ਲੈ ਕੇ ਮੈਂ ਆਪਣੇ ਮਾਮੇ ਨਾਲ ਜਮਨਾ ਕੰਡੇ ਪਹੁੰਚਿਆ ਤਾਂ ਵੇਖਿਆ ब्राह्मण ਦਾ ਮੁੰਡਾ ਧਰਤੀ ਉੱਤੇ ਬੇਸੁੱਧ ਪਿਆ ਸੀ ਉਸ ਦੀ ਪਤਨੀ ਵਿਰਲਾਪ ਕਰ ਰਹੀ ਸੀ ਅਤੇ ਉਹ ਬ੍ਰਾਹਮਣ ਆਪਣੇ ਪੁੱਤਰ ਨੂੰ ਮਰ ਗਿਆ ਜਾਣ ਕੇ ਇਸ ਦੁੱਖ ਨੂੰ ਨਾ ਸਹਿਣ ਕਰਦਿਆਂ ਜਮਨਾ ਨਦੀ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲਾ ਸੀ ਮੇਰੇ ਮਾਮੇ ਨੇ ਪੁੰਝੇ ਪਏ ਮੁੰਡੇ ਦੀ ਨਬਸ ਟੋਲੀ ਤੇ ਫਿਰ ਬ੍ਰਾਹਮਣ ਨੂੰ ਸੰਬੋਧਿਤ ਹੋ ਕੇ ਬੋਲਿਆ ਇਹ ਮਰਿਆ ਨਹੀਂ ਬੇਸੁੱਧ ਹੋ ਗਿਆ ਹੈ ਭੁੱਖ ਕਾਰਨ ਅਸੀਂ ਉਸ ਬੱਚੇ ਅਤੇ ਸਾਰੇ ਪਰਿਵਾਰ ਨੂੰ ਦੁੱਧ ਪਿਲਾਇਆ ਤੇ ਆਪਣੇ ਘਰ ਲੈ ਆਏ। ਇਸ ਆਰੀਆ ਬ੍ਰਾਹਮਣ ਦਾ ਨਾਂ ਦਰੋਣ ਸੀ। ਉਸ ਦੀ ਪਤਨੀ ਦਾ ਨਾਂ ਕਿਰਪੀ ਤੇ ਪੁੱਤਰ ਦਾ ਨਾਂ ਅਸ਼ਵਥਾਮਾ ਸੀ। ਇਹ ਜਿਸ ਆਸ਼ਰਮ ਵਿੱਚ ਰਹਿੰਦੇ ਸਨ, ਉੱਥੇ ਭੁੱਖ ਮਰੀ ਦੇ ਹਾਲਾਤ ਹੋਣ ਕਾਰਨ ਇਹ ਬ੍ਰਾਹਮਣ ਦਰੋਣ ਆਪਣੇ ਪੁਰਾਣੇ ਮਿੱਤਰ ਪੰਚਾਲ ਦੇਸ਼ ਦੇ ਰਾਜਾ ਦ੍ਰੋਪਦ ਕੋਲ ਜਾ ਰਿਹਾ ਸੀ। ਇਹ ਬਹੁਤ ਦਿਨ ਤੱਕ ਸਾਡੇ ਪਿੰਡ ਪਾਸ ਰਹੇ। ਸਾਡੇ ਪਾਸ ਬਹੁਤ ਗਾਇਆਂ ਮੱਝੀਆਂ ਸਨ ਜੰਗਲ ਵਿੱਚ ਨਾ ਸ਼ਿਕਾਰ ਦੀ ਘਾਟ ਨਾ ਫਲਾਂ ਦੀ ਦਰੋਣ ਆਪ ਬਹੁਤ ਨਿਪੁੰਨ ਤਨੁਖਤਾਰੀ ਸਨ ਤਨੁਖ ਵਿਦਿਆ ਵਿੱਚ ਮੇਰੀ ਇੰਨੀ ਰੁਚੀ ਦੇਖ ਕੇ ਉਹਨਾਂ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਅੱਗੇ ਲਈ ਅਭਿਆਸ ਕਰਨ ਲਈ ਬਹੁਤ ਕੁਝ ਦੱਸ ਕੇ ਪੰਚਾਲ ਦੇਸ਼ ਵੱਲ ਤੁਰ ਪਏ ਕੁਝ ਦਿਨ ਬਾਅਦ ਮੈਂ ਵੀ ਆਪਣੇ ਪਿੰਡ ਢੋਲਬਾ ਆ ਗਿਆ ਮੇਰਾ ਮਿਤਾ ਨੇ ਗੁਰੂ ਮਹਾਸੂਰ ਮੈਥੋਂ ਬਹੁਤ ਪ੍ਰਸੰਨ ਸੀ ਉਸਨੇ ਮੈਨੂੰ ਉਹ ਸਭ ਕੁਝ ਸਿਖਾਇਆ ਜੋ ਉਸਨੇ ਪਿਛਲੇ ਕਈ ਵਰੇ ਦੇ ਤਜਰਬਿਆਂ ਅਤੇ ਖਸ਼ਾ ਮਿਤਾਨੀਆਂ ਹਿਟਾਈਟਾਂ ਅਤੇ ਮਿਸਰੀਆਂ ਕੋਲੋਂ ਸਿੱਖਿਆ ਸੀ ਦਰਅਸਲ ਉਹ ਆਪ ਵੀ ਮਿਤਾਨੀ ਰਾਜਕੁਮਾਰਾਂ ਦਾ ਗੁਰੂ ਰਹਿ ਚੁੱਕਾ ਸੀ ਅਤੇ ਹਿਟਾਈਟਾਂ ਹੱਥੋਂ ਮਿਤਾਨੀ ਰਾਜ ਦੇ ਪਤਨ ਤੋਂ ਬਾਅਦ ਨਾਸਕੇ ਇੱਥੇ ਸ਼ਰਨ ਆ ਲਈ ਸੀ 8-10 ਵਰੇ ਬਾਅਦ ਗੁਰੂ ਮਹਾਸੁਰ ਦੇ ਮੱਜ ਜਾਣ ਤੋਂ ਪਿੱਛੋਂ ਮੈਂ ਆਪਣੇ ਪਿਤਾ ਦੇ ਕਹਿਣ ਤੇ ਬ੍ਰਾਹਮਣ ਦਰੋਣ ਕੋਲੋਂ ਹੋਰ ਤਨੁਖ ਵਿਦਿਆ ਸਿੱਖਣ ਲਈ ਤੁਰ ਪਿਆ ਸੁਣਿਆ ਸੀ ਕਿ ਉਹਨਾਂ ਦੀ ਤਕਦੀਰ ਨੇ ਪਲਟਾ ਖਾਧਾ ਹੈ ਅਤੇ ਉਹ ਹਸਤਨਾਪੁਰ ਵਿੱਚ ਕੌਰਵ ਪੰਡਵ ਰਾਜਕੁਮਾਰਾਂ ਦੇ ਰਾਜਗੁਰੂ ਬਣ ਗਏ ਹਨ ਅਤੇ ਗੁਰੂ ਦਰੋణాਚਾਰਿਆ ਦੇ ਨਾਂ ਨਾਲ ਪ੍ਰਸਿੱਧ ਹਨ ਗੁਰੂ ਦਰੋణాਚਾਰਿਆ ਅਤੇ ਉਹਨਾਂ ਦੀ ਪਤਨੀ ਕਿਰਪੀ ਮੈਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਖੂਬ ਤਹਿਲ ਸੇਵਾ ਕੀਤੀ ਪਰ ਇੱਕ ਚੀਜ਼ ਜੋ ਮੈਂ ਅਨੁਭਵ ਕਰਨ ਤੋਂ ਨਾ ਰਹਿ ਸਕਿਆ ਉਹ ਸੀ ਉਹਨਾਂ ਨੂੰ ਉੱਚਕੁਲ ਆਰੀਆ ਬ੍ਰਾਹਮਣ ਅਤੇ ਰਾਜਗੁਰੂ ਹੋਣ ਦਾ ਅਭਿਮਾਨ ਮੈਨੂੰ ਅਸੁਰ ਨੀਵੀਂ ਜਾਤ ਦਾ ਸਮਝਦੇ ਆ ਮੇਰੇ ਨਾਲ ਅਜੀਬ ਜਿਹਾ ਵਿਹਾਰ ਅਸ਼ਵਥਾਮਾ ਤਾਂ ਮੇਰੇ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ ਸੀ ਮੇਰਾ ਜੀ ਤੇ ਨਹੀਂ ਸੀ ਕਰਦਾ ਕਿ ਮੈਂ ਇਹਨਾਂ ਅੱਗੇ ਬੇਨਤੀ ਕਰਾਂ ਪਰ ਐਡੀ ਦੂਰੋਂ ਆਇਆ ਸਾਂ ਪੁੱਛਣ ਵਿੱਚ ਕੀ ਹਰਜ ਹੈ ਮੈਂ ਮਨ ਹੀ ਮਨ ਸੋਚਿਆ ਜਦ ਮੈਂ ਆਪਣੀ ਇੱਛਾ ਦਰੋਣਾਚਾਰੀਆ ਸਾਹਮਣੇ ਪ੍ਰਗਟ ਕੀਤੀ ਤਾਂ ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਤੇ ਬੋਲੇ ਕਿ ਉਹ ਕੌਰਵ ਪੰਡਵ ਰਾਜਕੁਮਾਰਾਂ ਦੇ ਇਲਾਵਾ ਹੋਰ ਕਿਸੇ ਨੂੰ ਵੀ ਸ਼ਸਤਰ ਵਿਦਿਆ ਨਾ ਸਿਖਾਉਣ ਲਈ ਵਚਨਬੱਧ ਹਨ ਪਰ ਉਹਨਾਂ ਦੀ ਪਤਨੀ ਕਿਰਪੀ ਦੇ ਮਨ ਵਿੱਚ ਦਇਆ ਆ ਗਈ ਕਿਰਪੀ ਨੇ ਕਿਹਾ ਉਹਨਾਂ ਵਚਨ ਦਿੱਤਾ ਹੋਇਆ ਹੈ ਕਿ ਉਹ ਹੋਰ ਕਿਸੇ ਨੂੰ ਸ਼ਸਤਰ ਵਿਦਿਆ ਨਹੀਂ ਸਿਖਾਉਣਗੇ ਪਰ ਤ ਉਹ ਹੁਸ਼ਿਆਰੇ ਉਹਨਾਂ ਦੇ ਬਿਨਾ ਸਿਖਾਇਆ ਵੀ ਸਿੱਖ ਸਕਦਾ ਏ ਉਹ ਕਿਵੇਂ ਜਦੋਂ ਕੌਰਵ ਪਾਂਡਵ ਨੂੰ ਸਿਖਾਉਣ ਤੂੰ ਉਹਨਾਂ ਨੂੰ ਲੁਕ-ਲੁਕ ਕੇ ਵੇਖਦਾ ਰਹੀ ਪਰ ਪਰ ਇਹ ਤਾਂ ਚੋਰੀ ਹੋਵੇਗੀ ਵਿਦਿਆ ਦੀ ਚੋਰੀ ਕੋਈ ਚੋਰੀ ਨਹੀਂ ਹੁੰਦੀ ਮਾ ਕਿਰਪੀ ਨੇ ਮੁਸਕਰਾਉਂਦੇ ਆਖਿਆ ਸੋ ਮੈਂ ਉਸ ਜੰਗਲ ਵਿੱਚ ਕੁਟੀਆਂ ਬਣਾ ਕੇ ਰਹਿਣ ਲੱਗਾ ਜਿੱਥੇ ਆ ਕੇ ਦਰੋਣਾਚਾਰਿਆ ਰਾਜਕੁਮਾਰਾਂ ਨੂੰ ਸ਼ਸਤਰ ਚਲਾਉਣਾ ਸਿਖਾਉਂਦੇ ਸਨ ਮਾ ਕਿਰਪੀ ਨੇ ਆਖਿਆ ਕਿ ਮੈਂ ਦਰੋਣਾ ਚਾਰਿਆ ਦੀ ਮਿੱਟੀ ਦੀ ਮੂਰਤੀ ਬਣਾ ਕੇ ਆਪਣੀ ਕੁਟਿਆ ਵਿੱਚ ਰੱਖ ਲਵਾਂ ਇਸ ਨਾਲ ਮੈਨੂੰ ਗੁਰੂ ਅਸ਼ੀਰਵਾਦ ਦਾ ਫਲ ਮਿਲੇਗਾ ਇਹ ਸੱਚ ਸੀ ਜਾਂ ਝੂਠ ਮੈਂ ਉਹਨਾਂ ਦੀ ਮੂਰਤੀ ਜਹੀ ਬਣਾ ਕੇ ਆਪਣੀ ਕੁਟਿਆ ਵਿੱਚ ਰੱਖ ਲਈ ਅਤੇ ਜਦ ਮੈਂ ਸ਼ਸਤਰ ਅਭਿਆਸ ਲਈ ਬਾਹਰ ਨਿਕਲਦਾ ਉਸ ਮੂਰਤੀ ਨੂੰ ਪ੍ਰਣਾਮ ਕਰ ਲੈਂਦਾ ਮੈਨੂੰ ਕੀ ਪਤਾ ਸੀ ਕਿ ਮਿੱਟੀ ਦੀ ਇਹ ਹੀ ਮੂਰਤੀ ਅਸ਼ੀਰਵਾਦ ਦੀ ਥਾਂ ਮੇਰੇ ਲਈ ਸਰਾਪ ਦਾ ਕਾਰਨ ਬਣ ਜਾਏਗੀ ਕਰੋ ਪਾਂਡਵ ਪੁੱਤਰ ਜਦ ਵੀ ਇਸ ਪਾਸੇ ਸ਼ਸਤਰ ਵਿਦਿਆ ਲਈ ਆਉਂਦੇ ਤਾਂ ਖੂਬ ਰੌਲਾ ਪਾਉਂਦੇ ਮੈਨੂੰ ਇਹ ਜਾਣਨ ਵਿੱਚ ਕੋਈ ਅਖਿਆਈ ਨਾ ਹੁੰਦੀ ਕਿ ਉਹ ਕਿਸ ਪਾਸੇ ਹਨ ਮੈਂ ਲੁੱਕ ਲੁੱਕ ਕੇ ਸਭ ਕੁਝ ਵੇਖਦਾ ਰਹਿੰਦਾ ਦਰੋਣਾਚਾਰੀਆ ਜੋ ਕੁਝ ਵੀ ਉਹਨਾਂ ਨੂੰ ਸਿਖਾਉਂਦੇ ਉਹ ਸਭ ਕੁਝ ਵੇਖਣ ਤੋਂ ਬਾਅਦ ਅਭਿਆਸ ਕਰਨ ਵਿੱਚ ਮੈਨੂੰ ਕੋਈ ਕਠਿਨਾਈ ਨਹੀਂ ਹੁੰਦੀ ਪਰ ਇਹ ਅਨੁਭਵ ਕਰਦਿਆਂ ਮੈਂ ਖੁਸ਼ ਸਾਂ ਕਿ ਉਹਨਾਂ ਵਿੱਚੋਂ ਕੋਈ ਵੀ ਰਾਜਕੁਮਾਰ ਤਨੁਖ ਵਿਦਿਆ ਵਿੱਚ ਮੇਰੇ ਮੁਕਾਬਲੇ ਖੜਾ ਨਹੀਂ ਸੀ ਹੋ ਸਕਦਾ ਇਸ ਦੇ ਤਿੰਨ ਕਾਰਨ ਸਨ ਇੱਕ ਇਹ ਕਿ ਮੇਰੇ ਕੋਲ ਤਿੰਨ ਗੁਰੂਆਂ ਦੀ ਸਿੱਖਿਆ ਸੀ ਤਿੰਨ ਵੱਡੀਆਂ ਜਾਤੀਆਂ ਦੀ ਪਹਿਲੇ ਮੇਰੇ ਕਿਰਾਤ ਜਾਤੀ ਦੇ ਪਿਤਾ ਦੂਜੇ ਮਿਤਾਨੀ ਜਾਤੀ ਦੇ ਮਹਾਸੁਰ ਤੇ ਤੀਜੀ ਜੇ ਦਰੋਣਾਚਾਰਿਆ ਐਵੀ ਕਿ ਮੇਰੇ ਕੋਲ ਪਰਬਤਾਂ ਵਿੱਚ ਰਹਿੰਦਿਆਂ ਮੇਰਾ ਸਰੀਰ ਉਹਨਾਂ ਤੋਂ ਵੱਧ ਕਠੋਰ ਫੁਰਤੀਲਾ ਤੇ ਸਹਿਣ ਸ਼ਕਤੀ ਰੱਖਦਾ ਸੀ ਤੁਹਾਨੂੰ ਮੇਰੀਆਂ ਇਹ ਅਤੇ ਅਗਲੀਆਂ ਗੱਲਾਂ ਅਤ ਕਥਨੀ ਲੱਗ ਰਹੀਆਂ ਹੋਣਗੀਆਂ ਜਾਂ ਲੱਗਣਗੀਆਂ ਤੁਹਾਡੇ ਲਈ ਇਹ ਯਕੀਨ ਕਰ ਲੈਣਾ ਕਿ ਪੰਜੇ ਪਾਂਡਵ ਪੁੱਤਰ ਹਵਾ ਵਿੱਚੋਂ ਹੀ ਪੈਦਾ ਹੋ ਗਏ ਜਾਂ ਉਹਨਾਂ ਦੀਆਂ ਮਾਵਾਂ ਆਪਣੇ ਪਤੀ ਨਾਲ ਭੋਗ ਵਿਲਾਸ ਕੀਤੇ ਬਿਨਾ ਗਰਭਵਤੀ ਹੋ ਗਈਆਂ ਸੰਭਵ ਹੈ ਪਰ ਮੇਰੀ ਗੱਲ ਉੱਤੇ ਯਕੀਨ ਕਰ ਲੈਣਾ ਕਠਿਨ ਤੇ ਕੋੜਾ ਲੱਗੇਗਾ ਜੀਵਨ ਵਿੱਚ ਕੁਝ ਛੋਟੀਆਂ-ਛੋਟੀਆਂ ਕਟਨਾਵਾਂ ਐਸੀਆਂ ਆਵਾਪਰਦੀਆਂ ਹਨ ਜੋ ਜੀਵਨ ਨੂੰ ਹੀ ਨਹੀਂ ਬਲਕਿ ਸਮੁੱਚੀ ਜਾਤੀ ਜਸ ਸਮਾਜ ਨੂੰ ਬਹੁਤ ਵੱਡਾ ਮੋੜ ਦੇ ਜਾਂਦੀਆਂ ਹਨ ਤੇ ਮੇਰੇ ਜੀਵਨ ਨੂੰ ਵੱਡਾ ਮੋੜ ਦੇਣ ਵਾਲਾ ਕੁੱਤਾ ਸੀ ਭੀਮ ਦਾ ਉਹ ਲੰਮੀਆਂ ਜਤਾਂ ਵਾਲਾ ਕਾਲੇ ਰੰਗ ਦਾ ਕੁੱਤਾ ਜੋ ਉਸ ਦਿਨ ਮੈਨੂੰ ਵੇਖ ਕੇ ਨਾ ਪੌਂਕਦਾ ਤਾਂ ਸ਼ਾਇਦ ਕਿਸੇ ਦਿਨ ਮੈਂ ਚੁੱਪਚਾਪ ਪਰਤ ਜਾਣਾ ਸੀ ਤੇ ਨਾ ਫਿਰ ਅਰਜੁਨ ਪੁੱਤਰ ਅਭਿਮਨਿਓ ਚੱਕਰਵਿਊ ਵਿੱਚ ਫਸਦਾ ਤੇ ਨਾ ਹੀ ਕੌਰਵਾਂ ਹੱਥੋਂ ਮਾਰਿਆ ਜਾਂਦਾ ਉਸ ਦਿਨ ਭੀਮ ਦਾ ਉਹ ਦੇਵकाया ਕੁੱਤਾ ਉਹਨਾਂ ਦੇ ਪਿੱਛੇ-ਪਿੱਛੇ ਆ ਗਿਆ ਮੈਂ ਵੀ ਰੁੱਖਾਂ ਦੀ ਓਟ ਲੈਂਦੇ ਆ ਉਹਨਾਂ ਦੇ ਮਗਰ-ਮਗਰ ਜਾ ਰਿਆ ਸਾਂ ਉਹ ਸ਼ਾਇਦ ਮੇਰਾ ਪੱਕਾ ਰੰਗ ਤੇੜ ਚੀਤੇ ਦੀ ਖੱਲ ਦੇਖ ਕੇ ਭੌਂ ਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਮੂੰਹ ਬੰਦ ਕਰਦਾ ਜਾਂ ਮੇਰੇ ਉੱਤੇ ਝਪਟਦਾ ਮੈਂ ਸੱਤ ਬਾਣ ਉਸੇ ਮੂੰਹ ਵਿੱਚ ਖਿੱਚ ਮਾਰੇ ਕੁੱਤੇ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਅਰਜੁਨ ਨੇ ਜਦ ਪਿੱਛੇ ਮੁੜ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ ਕਿ ਉਹਨਾਂ ਦੇ ਇਲਾਵਾ ਇਸ ਤਰ੍ਹਾਂ ਦਾ ਤਨੁਖਤਾਰੀ ਕੌਣ ਆ ਗਿਆ ਇੱਥੇ ਥੋੜੀ ਜਹੀ ਵਿੱਥ ਤੇ ਮੈਨੂੰ ਖੜਿਆ ਵੇਖ ਕੇ ਉਹ ਸਮਝ ਗਿਆ ਤੇ ਪੁੱਛਿਆ ਕਿ ਮੈਂ ਕੌਣ ਹਾਂ ਅਤੇ ਤੀਰ ਅੰਦਾਜ਼ੀ ਦੇ ਇਹ ਕਮਾਲ ਕਿਸ ਤੋਂ ਸਿੱਖੇ ਉਸ ਵੇਲੇ ਦਰੋਣਾਚਾਰੀਆ ਵੀ ਉੱਥੇ ਆ ਗਏ ਸਨ ਮੈਂ ਬੜੇ ਅਭਿਮਾਨ ਨਾਲ ਛਾਤੀ ਫੁਲਾਉਂਦੇ ਆਖਿਆ ਕਿ ਮੈਂ ਕਿਰਾਤ ਜਾਤੀ ਦੇ ਸਰਦਾਰ ਹਿਰਨਾ ਤੁਨੂ ਦਾ ਪੁੱਤਰ ਹਾਂ ਫਿਰ ਗੁਰੂ ਦਰੋਣਾਚਾਰੀਆ ਵੱਲ ਹੱਥ ਜੋੜਦਿਆਂ ਪ੍ਰਣਾਮ ਕਰਦਿਆਂ ਆਖਿਆ ਇਹੀ ਨੇ ਮੇਰੇ ਗੁਰੂ ਤੇ ਇਹਨਾਂ ਦੀ ਮੂਰਤੀ ਤੋਂ ਅਸ਼ੀਰਵਾਦ ਲੈ ਕੇ ਮੈਂ ਸ਼ਸਤਰ ਅਭਿਆਸ ਕਰਦਾ ਹਾਂ ਤਾਂ ਤੇ ਤੂੰ ਇਹਨਾਂ ਨੂੰ ਹੀ ਆਪਣਾ ਗੁਰੂ ਮੰਨਦਾ ਏ ਅਰਜੁਨ ਬੋਲਿਆ ਹਾਂ ਕਿਉਂ ਨਹੀਂ ਮੈਂ ਖੁਸ਼ ਹੁੰਦਿਆਂ ਆਖਿਆ ਮੈਨੂੰ ਕੀ ਪਤਾ ਸੀ ਮੈਂ ਇਸ ਜਾਲ ਵਿੱਚ ਫਸ ਜਾਵਾਂਗਾ ਅਰਜੁਨ ਨੇ ਸ਼ਿਕਾਇਤ ਅਤੇ ਕਰੋਧ ਭਰੀਆਂ ਨਜ਼ਰਾਂ ਨਾਲ ਗੁਰੂ ਦਰੋਣਾਚਾਰੀਆ ਵੱਲ ਤੱਕਿਆ ਤੇ ਬੋਲਿਆ ਤੁਸੀਂ ਤੇ ਵਚਨ ਦਿੱਤਾ ਸੀ ਕਿ ਮੈਥੋਂ ਵੱਡਾ ਤੁਨੁਖਤਾਰੀ ਇਸ ਧਰਤੀ ਤੇ ਕੋਈ ਹੋਰ ਨਹੀਂ ਹੋਵੇਗਾ ਤਾਂ ਫਿਰ ਇਹ ਕੌਣ ਦ੍ਰੋਣਾਚਾਰੀਆ ਨੇ ਮੇਰੇ ਵੱਲ ਚਲਾਕੀ ਭਰੀਆਂ ਅੱਖਾਂ ਨਾਲ ਤੱਕਿਆ ਅਤੇ ਬੋਲੇ ਜੇ ਤੂੰ ਮੈਨੂੰ ਆਪਣਾ ਗੁਰੂ ਮੰਨਦਾ ਹੈ ਤਾਂ ਤੈਨੂੰ ਗੁਰੂ ਦਖਣਾ ਵੀ ਦੇਣੀ ਪਵੇਗੀ ਤੇ ਫਿਰ ਉਹਨੇ ਗੁਰੂ ਦਖਣਾ ਵਜੋਂ ਮੇਰੇ ਸੱਜੇ ਹੱਥ ਦਾ ਅੰਗੂਠਾ ਮੰਗ ਲਿਆ ਮੈਂ ਉਸੇ ਵੇਲੇ ਕਟਾਰ ਕੱਢ ਕੇ ਆਪਣਾ ਅੰਗੂਠਾ ਕੱਟ ਕੇ ਉਹਨਾਂ ਦੀ ਹਥੇਲੀ ਉੱਤੇ ਰੱਖ ਦਿੱਤਾ ਮੇਰੀ ਰਤ ਨਾਲ ਉਨਾਂ ਦਾ ਹੱਥ ਰੰਗਿਆ ਗਿਆ। ਉਹਨਾਂ ਦੇ ਚਿਹਰੇ ਉੱਤੇ ਖੁਸ਼ੀ ਦੀ ਥਾਂ ਅਪਰਾਧ ਦੀ ਭਾਵਨਾ ਸੀ। ਅਰਜੁਨ ਪੀਮ ਆਦ ਸਾਰੇ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਇੱਕ ਅਸੁਰ ਐਡਾ ਬਲੀਦਾਨ ਹੱਸਦੇ ਹੱਸਦੇ ਕਰ ਸਕਦਾ ਹੈ? ਇਹ ਵੀ ਉਹਨਾਂ ਦੀ ਸੋਚ ਸ਼ਕਤੀ ਤੋਂ ਬਾਹਰ ਸੀ। ਮੈਨੂੰ ਬੇਸ਼ੱਕ ਦੁੱਖ ਸੀ ਆਪਣੇ ਅੰਗੂਠੇ ਦੇ ਕੱਟੇ ਜਾਣ ਦਾ ਪਰ ਅੰਤਰਮੁਖੀ ਖੁਸ਼ੀ ਵੀ ਸੀ। ਮਾਨਸਿਕ, ਆਤਮਿਕ ਅਤੇ ਨੈਤਿਕ ਜਿੱਤ ਦੀ ਗੁਰੂ ਦ੍ਰੋਣਾਚਾਰੀਆ ਨੇ ਮੇਰੇ ਵੱਲ ਹੰਮਦਰਦੀ ਅਤੇ ਸ਼ਲਾਘਾ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਬੋਲੇ ਸ਼ਸਤਰ ਸਿੱਖਿਆ ਦੇ ਉਪਰੰਤ ਤੂੰ ਮੰਗ ਜੋ ਵੀ ਮੰਗਣਾ ਚਾਹੁੰਦਾ ਹੈ ਮੈਂ ਹਕਾਰਤ ਭਰੀਆਂ ਨਜ਼ਰਾਂ ਨਾਲ ਅਰਜੁਨ ਵੱਲ ਤੱਕਿਆ ਅਤੇ ਆਖਿਆ ਜੇ ਸੱਚਮੁੱਚ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਵਰਦਾਨ ਦੇਵੋ ਕਿ ਇੱਕ ਦਿਨ ਮੈਂ ਇਸ ਅਰਜੁਨ ਦੇ ਸਾਹਮਣੇ ਖੜਾ ਹੋ ਕੇ ਆਪਣੀ ਤੀਰ ਅੰਦਾਜ਼ੀ ਦੇ ਜੋਹਰ ਵਿਖਾ ਸਕਾਂ ਅਤੇ ਇਸ ਤੋਂ ਬਦਲਾ ਲੈ ਸਕਾਂ ਤਥਾਸਤੁ ਇਸ ਤਰ੍ਹਾਂ ਹੀ ਹੋਵੇਗਾ ਉਹਨਾਂ ਦੇ ਬੁੱਲਾਂ ਵਿੱਚੋਂ ਹੌਲੀ ਦੇਣੀ ਨਿਕਲ ਗਿਆ ਕਈ ਵਰੇ ਬੀਤ ਗਏ ਅੰਗੂਠੇ ਦਾ ਜ਼ਖਮ ਭਰਨ ਤੋਂ ਬਾਅਦ ਮੈਂ ਅੰਗੂਠੇ ਦੇ ਬਿਨਾ ਹੀ ਸਿਰਫ ਚਾਰ ਉਂਗਲਾਂ ਦੀ ਸਹਾਇਤਾ ਨਾਲ ਤੀਰ ਚਲਾਉਣ ਦਾ ਅਭਿਆਸ ਕਰਨ ਲੱਗਾ ਕੁਝ ਹੀ ਮਹੀਨਿਆਂ ਵਿੱਚ ਮੈਂ ਪਹਿਲਾਂ ਵਾਂਗ ਹੀ ਤਨੁਖ ਤੇ ਬਾਣ ਚੜਾ ਕੇ ਨਿਸ਼ਾਨਾ ਸਾਧਣ ਵਿੱਚ ਨਿਪੁੰਨ ਹੋ ਗਿਆ ਇਹ ਤੇ ਹੋਣਾ ਹੀ ਸੀ ਇਹ ਆਫਰੇ ਅਤੇ ਹੰਕਾਰੇ ਹੋਏ ਰਾਜਕੁਮਾਰਾਂ ਤੋਂ ਇਹੀ ਸੰਭਵ ਸੀ ਰਾਜ ਸੱਤਾ istri ਅਤੇ ਜ਼ਮੀਨ ਤਿੰਨ ਹੀ ਕਾਰਨ ਹੁੰਦੇ ਹਨ ਕਿਸੇ ਵੀ ਯੁੱਧ ਦੇ ਇਸ ਦੇ ਇਲਾਵਾ ਜੂਏ ਦੀ ਲਤ ਈਰਖਾ ਲਾਲਚ ਅਤੇ ਬਦਲੇ ਦੀ ਭਾਵਨਾ ਇਨ੍ਹਾਂ ਰਾਜਕੁਮਾਰਾਂ ਦੇ ਮਨਾਂ ਵਿੱਚ ਜ਼ਹਿਰੀਲੇ ਸੱਪ ਵਾਂਗ ਕੁੰਡਲੀਆਂ ਮਾਰੀ ਬੈਠੀ ਸੀ ਤ੍ਰੈਗਾਰਤਾ ਦੇ ਕਿਰਾਤ ਜਾਤੀ ਦੇ ਰਾਜੇ ਸੁਸਰਮਨ ਕੋਲੋਂ ਜਦ ਕੁਰੂ ਪੁੱਤਰ ਦਰਯੋਦਨ ਦਾ ਸੱਦਾ ਆਇਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਕੁਝ ਦਿਨਾਂ ਬਾਅਦ ਰਾਜਾ ਸੁਸਰਮਨ ਦੀ ਸੈਨਾ ਨਾਲ ਮੈਂ ਕੁਰੂਖੇਤਰ ਜਾ ਪੁੱਜਾ ਜਿੱਥੇ ਕੌਰਵਾਂ ਅਤੇ ਪਾਂਡਵਾਂ ਦੀਆਂ ਸ਼ਸਤਰਬੱਧ ਸੈਨਾ ਇੱਕ ਦੂਜੇ ਦੇ ਸਾਹਮਣੇ ਖੜੀਆਂ ਸਨ ਲੜਾਈ ਸ਼ੁਰੂ ਹੋਈ ਤਾਂ ਕਈ ਦਿਨ ਤੱਕ ਚੱਲਦੀ ਰਹੀ ਰਾਜਾ ਸੁਸਰਮਨ ਉਸ ਦਾ ਪ੍ਰਾਸਮਪ ਤੱਕ ਅਤੇ ਉਸ ਦੀ ਸੈਨਾ ਯੁੱਧ ਵਿੱਚ ਦਰਯੋਦਨ ਦੀ ਸਹਾਇਤਾ ਕਰਦੀ ਲੜ ਰਹੀ ਸੀ ਪਰ ਮੈਂ ਯੁੱਧ ਵਿੱਚ ਕੋਈ ਹਿੱਸਾ ਨਹੀਂ ਲਿਆ ਮੈਂ ਤਾਂ ਸਿਰਫ ਅਰਜੁਨ ਨਾਲ ਲੜਨਾ ਚਾਹੁੰਦਾ ਸਾਂ ਤੇ ਉਸ ਨਾਲ ਲੜਨ ਲਈ ਜ਼ਰੂਰੀ ਸੀ ਕਿ ਮੈਂ ਵੀ ਕੋਈ ਮਹਾਰਥੀ ਹੁੰਦਾ ਪੀਸ਼ਮ ਪਿਤਾਮਾ ਨੇ ਯੁੱਧ ਦੇ ਆਰੰਭ ਵਿੱਚ ਹੀ ਇਹ ਸ਼ਰਤ ਲਾ ਦਿੱਤੀ ਸੀ ਕਿ ਮਹਾਰਥੀ ਦੇ ਮੁਕਾਬਲੇ ਉੱਤੇ ਮਹਾਰਥੀ ਹੀ ਲੜ ਸਕਦਾ ਹੈ ਮੇਰੇ ਵਰਗੇ ਪੈਦਲ ਜਾਂ ਘੋੜਸਵਾਰ ਸੈਨਿਕ ਨੂੰ ਉਹਨਾਂ ਨਾਲ ਲੜਨ ਦਾ ਹੱਕ ਹੀ ਖੋ ਲਿਆ ਗਿਆ ਸੀ ਮੈਂ ਕੀ ਕਰਾਂ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਗੌਰਵ ਸੈਨਾਪਤੀ ਭੀਸ਼ਮ ਪਿਤਾਮਹ ਦੇ ਹਾਰ ਜਾਣ ਤੋਂ ਬਾਅਦ ਦਰੋਣਾਚਾਰੀਆ ਸੈਨਾਪਤੀ ਬਣੇ ਤਾਂ ਦਰਯੋਦਨ ਨੇ ਉਹਨਾਂ ਸਾਹਮਣੇ ਵਿਉਂਤ ਰੱਖੀ ਕਿ ਜੇ ਕਿਸੇ ਤਰ੍ਹਾਂ 유ਦਿਸ਼ਤਰ ਨੂੰ ਜਿਉਂਦਿਆਂ ਫੜ ਲਿਆ ਜਾਵੇ ਤਾਂ ਅਸੀਂ ਪਾਂਡਵਾ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਸਕਦੇ ਹਾਂ ਦਰੋਣਾਚਾਰੀਆ ਨੇ ਕਿਹਾ ਕਿ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਅਰਜੁਨ ਉਸ ਨੂੰ ਬਚਾਉਣ ਲਈ ਉੱਥੇ ਨਾ ਹੋਵੇ ਤੇ ਕਿਸੇ ਤਰ੍ਹਾਂ ਅਰਜੁਨ ਨੂੰ ਯੁੱਧ ਭੂਮੀ ਤੋਂ ਦੂਰ ਲਿਜਾਇਆ ਜਾ ਸਕੇ ਉਸ ਵੇਲੇ ਰਾਜਾ ਸੁਸਰਮਨ ਨਾਲ ਮੈਂ ਵੀ ਉਥੇ ਮੌਜੂਦ ਸਾਂ ਜਿੱਥੇ ਇਹ ਯੋਜਨਾਵਾਂ ਬਣ ਰਹੀਆਂ ਸਨ ਮੈਂ ਰਾਜਾ ਸੁਸਰਮਨ ਨਾਲ ਸਲਾਹ مشورہ ਕੀਤਾ ਅਤੇ ਹੱਥ ਜੋੜ ਕੇ ਦਰੋਣਾਚਾਰੀਆ ਨੂੰ ਅਰਜ਼ ਕੀਤੀ اے ਗੁਰੂ ਦਰੋਣਾਚਾਰੀਆ ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਵਰੇ ਪਹਿਲਾਂ ਤੁਸੀਂ ਇੱਕ ਅਸੁਰ ਤਨੁਖਤਾਰੀ ਨੂੰ ਵਰਦਾਨ ਦਿੱਤਾ ਸੀ ਅੱਜ ਉਹੀ ਅਸੁਰ ਇਕਲਵਯਾ ਤੁਹਾਡੇ ਕੋਲ ਇਹ ਆਗਿਆ ਮੰਗਦਾ ਹੈ ਕਿ ਅਰਜੁਨ ਨੂੰ ਯੁੱਧ ਖੇਤਰ ਤੋਂ ਬਾਹਰ ਲੈ ਜਾਣ ਅਤੇ ਉਸ ਨਾਲ ਲੜਨ ਦਾ ਅਫਸਰ ਮੈਨੂੰ ਦਿੱਤਾ ਜਾਏ। ਆਦੇਸ਼ ਨੂੰ ਸੰਭਵ ਬਣਾਉਣ ਲਈ ਮੈਨੂੰ ਸਿਰਫ ਇੱਕ ਦਿਨ ਲਈ ਮਹਾਰਥੀ ਬਣਨ ਦਾ ਸੁਭਾਗ ਪ੍ਰਾਪਤ ਹੋਵੇ। ਉਹਨਾਂ ਦੁਰਯੋਦਨ, ਕਰਨ, ਸੁਸ਼ਰਮਨ ਅਤੇ ਹੋਰ ਮਹਾਰਥੀਆਂ ਨਾਲ ਸਲਾਹ ਕੀਤੀ ਤੇ ਫਿਰ ਮੈਨੂੰ ਇੱਕ ਦਿਨ ਲਈ ਮਹਾਰਥੀ ਬਣਾ ਦਿੱਤਾ ਗਿਆ। ਮੈਂ ਆਪਣੇ ਸਰੀਰ ਉੱਤੇ ਪਿੱਤਲ ਦਾ ਬਣਿਆ ਭਾਰੀ ਕਵਚ ਤਾਰਨ ਕੀਤਾ ਅਤੇ ਅਨੇਕ ਪ੍ਰਕਾਰ ਦੇ ਤੀਰਾਂ ਸ਼ਸਤਰਾਂ ਨਾਲ ਰੱਥ ਪਰ ਕੇ ਰਾਜਾ ਸੁਸਰਮਨ ਨਾਲ ਅਰਜੁਨ ਦੇ ਸਾਹਮਣੇ ਜਾ ਖੜਾ ਹੋਇਆ ਸੁਸਰਮਨ ਨੇ ਅਰਜੁਨ ਨੂੰ ਯੁੱਧ ਕਰਨ ਲਈ ਵੰਗਾਰਿਆ ਕੋਈ ਵੀ ਛਤਰੀ ਇਸ ਤਰ੍ਹਾਂ ਦੀ ਵੰਗਾਰ ਨੂੰ ਅਣਦੇਖਿਆ ਨਹੀਂ ਸੀ ਕਰ ਸਕਦਾ ਅਰਜੁਨ ਨੇ ਆਪਣਾ ਦੇਵਦਤ ਨਾਮ ਦਾ ਸ਼ੰਖ ਵਜਾਇਆ ਸੁਸਰਮਨ ਨੇ ਵੀ ਆਪਣੇ ਨਗਾਰੇ ਤੇ ਚੋਟ ਮਾਰੀ ਤੇ ਯੁੱਧ ਸ਼ੁਰੂ ਹੋ ਗਿਆ ਯੋਜਨਾ ਅਨੁਸਾਰ ਲੜਦੇ ਅਸੀਂ ਅਰਜੁਨ ਨੂੰ ਰਣਖੇਤਰ ਤੋਂ ਬਹੁਤ ਦੂਰ ਲੈ ਗਏ ਜਿਉਂ-ਜਿਉਂ ਦਿਨ ਬੀਤਦਾ ਗਿਆ ਅਰਜੁਨ ਅਤੇ ਸਾਡੇ ਰਥ ਯੁੱਧ ਭੂਮੀ ਤੋਂ ਬਹੁਤ ਦੂਰ ਹੁੰਦੇ ਗਏ ਦੂਜੇ ਪਾਸੇ ਮੈਂ ਜਾਣਦਾ ਸਾਂ ਕਿ ਦਰੋਣਾਚਾਰੀਆ ਚੱਕਰਵਿਊ ਦੀ ਰਚਨਾ ਕਰਕੇ ਅੱਗੇ ਵਧਦਿਆਂ ਯੁਧਿਸ਼ਤਰ ਨੂੰ ਕਾਬੂ ਕਰਨ ਦਾ ਯਤਨ ਕਰ ਰਹੇ ਹੋਣਗੇ ਇਸ ਚੱਕਰਵਿਊ ਨੂੰ ਉਹ ਇਸ ਯੁੱਧ ਵਿੱਚ ਸਿਰਫ ਕ੍ਰਿਸ਼ਨ ਅਤੇ ਅਰਜੁਨ ਹੀ ਕੱਟ ਸਕਦੇ ਸਨ ਹੋਰ ਕੋਈ ਨਹੀਂ अर्जुन ਨੂੰ ਸੂਈਆਂ ਕੋਲੋਂ ਪਿਛਲੀ ਰਾਤ ਇਹ ਸੋ ਮਿਲੀ ਸੀ ਕਿ ਅਗਲੇ ਦਿਨ ਯੁਦਿਸ਼્థਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਫੜਨ ਦੇ ਯਤਨ ਹੋਣਗੇ ਉਸ ਸਰਮਨ ਨੂੰ ਛੇਤੀ ਹੀ ਹਰਾ ਕੇ ਰਣ ਭੂਮੀ ਵਿੱਚ ਵਾਪਸ ਪਰਤ ਜਾਣਾ ਚਾਹੁੰਦਾ ਸੀ ਜਦੋਂ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਨਾ ਹੋ ਸਕਿਆ ਤੇ ਸੂਰਜ ਟਲਣ ਲੱਗਾ ਤਾਂ ਕ੍ਰੋਧ ਵਿੱਚ ਆ ਕੇ ਉਸਨੇ ਵాయు ਅਸਰ ਅਤੇ ਕਈ ਹੋਰ ਪ੍ਰਕਾਰ ਦੇ ਅਸਰ ਚਲਾਉਣੇ ਸ਼ੁਰੂ ਕੀਤੇ ਸੁਸਰਮਨ ਜ਼ਖਮੀ ਹੋ ਗਿਆ ਉਨੂੰ ਜ਼ਖਮੀ ਕਰਕੇ ਜਦ ਅਰਜੁਨ ਨੇ ਕ੍ਰਿਸ਼ਨ ਨੂੰ ਵਾਪਸ ਕੁਰੂਖੇਤਰ ਵਿੱਚ ਚੱਲਣ ਲਈ ਕਿਹਾ ਤਾਂ ਐਨ ਉਸ ਵੇਲੇ ਮੈਂ ਆਪਣਾ ਹੱਥ ਵਧਾ ਕੇ ਉਸ ਸਾਹਮਣੇ ਆ ਖੜਾ ਹੋਇਆ ਆਪਣੀ ਕਮਾਨ ਤੇ ਤੀਰ ਚੜਾਇਆ ਤੇ ਅਰਜੁਨ ਨੂੰ ਲਲਕਾਰ ਕੇ ਬੋਲਿਆ ਖਬਰਦਾਰ ਅਰਜੁਨ ਤਿਆਰ ਹੋ ਜਾ ਮੈਨੂੰ ਹਰਾਏ ਬਿਨਾ ਤੂੰ ਰਣਖੇਤਰ ਵਿੱਚ ਵਾਪਸ ਨਹੀਂ ਪਰਤ ਸਕਦਾ ਤੂੰ ਕੌਣ ਹੈ ਜੋ ਆਪਣੀ ਮੌਤ ਨੂੰ ਵਾਜਾ ਮਾਰ ਰਿਹਾ ਹੈ ਜਾ ਚਲਿਆ ਜਾ ਆਪਣੀ ਜਾਨ ਬਚਾ ਕੇ ਮੈਂ ਛੇਤੀ ਵਿੱਚ ਆ ਤੇ ਐਰੇ ਗੈਰੇ ਨਾਲ ਲੜ ਕੇ ਵਕਤ ਬਰਬਾਦ ਨਹੀਂ ਕਰਨਾ ਚਾਹੁੰਦਾ ਮੈਂ ਉਸ ਨੂੰ ਪੁਰਾਣੀ ਗੱਲ ਯਾਦ ਕਰਵਾਉਂਦਿਆਂ ਆਪਣਾ ਅੰਗੂਠਾ ਕਟਿਆ ਹੱਥ ਉੱਪਰ ਕਰਕੇ ਵਿਖਾਇਆ ਤੇ ਇਹ ਵੀ ਆਖਿਆ ਕਿ ਉਹ ਇਹ ਨਾ ਸਮਝੇ ਕਿ ਕਟਿਆ ਤਰੀਕੇ ਨਾਲ ਮੇਰਾ ਅੰਗੂਠਾ ਕਟਵਾ ਕੇ ਮੈਨੂੰ ਨਕਾਰਾ ਬਣਾ ਦਿੱਤਾ ਹੋਵੇਗਾ ਮੇਰਾ ਬਿਨਾ ਅੰਗੂਠੇ ਵਾਲਾ ਹੱਥ ਵੇਖ ਕੇ ਉਸ ਦਾ ਜੋਸ਼ ਠੰਡਾ ਪੈ ਗਿਆ ਤੇ ਬੋਲਿਆ ਅੱਜ ਇਸ ਵੇਲੇ ਤੂੰ ਕੀ ਚਾਹੁੰਦਾ ਹੈ ਮੈਂ ਆਪਣੇ ਪੁਰਾਣੇ ਲੇਖੇ ਬਰਾਬਰ ਕਰਨ ਆਇਆ ਹਾਂ। ਅਰਜੁਨ ਨੇ ਕ੍ਰਿਸ਼ਨ ਵੱਲ ਵੇਖਿਆ ਤੇ ਬੋਲਿਆ, "ਹੇ ਕ੍ਰਿਸ਼ਨ, ਮੇਰੇ ਬੰਦੂ, ਤੂੰ ਹੀ ਦੱਸ ਹੁਣ ਮੈਂ ਕੀ ਕਰਾਂ?" ਲੱਗਦਾ ਸੀ ਉਸ ਨੂੰ ਅਹਿਸਾਸ ਸੀ ਆਪਣੇ ਅਪਰਾਧ ਦਾ। "ਮੈਂ ਤੇ ਵਿਸ਼ਵ ਬੰਦੂ ਹਾਂ।" ਕ੍ਰਿਸ਼ਨ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ, "ਮੈਂ ਤੇਰੇ ਵਿੱਚ ਵੀ ਹਾਂ ਤੇ ਇਕਲਵਯਾ ਵਿੱਚ ਵੀ। ਤੇਰਾ ਅੰਗੂਠਾ ਕੱਟੇ ਜਾਣ ਨਾਲ ਵੀ ਮੈਨੂੰ ਓਨਾ ਹੀ ਦਰਦ ਹੋਣਾ ਸੀ।" ਜਿੰਨਾ ਇਕਲਵਯ ਦੇ ਅੰਗੂਠਾ ਕੱਟੇ ਜਾਣਦੇ ਹੋਇਆ ਸੀ ਜੋ ਪਾਪ ਤੂੰ ਉਸ ਵੇਲੇ ਇਰਖਾ ਵਸ ਕੀਤਾ ਸੀ ਉਸ ਦਾ ਫਲ ਤਾਂ ਭੋਗਣਾ ਹੀ ਪਵੇਗਾ ਇਹ ਤੁਸੀਂ ਕੀ ਕਹਿ ਰਹੇ ਹੋ ਕ੍ਰਿਸ਼ਨ ਤਾਂ ਯਾਦ ਕਰ ਫਿਰ ਉਹ ਵਰਦਾਨ ਜੋ ਇਸ ਨੇ ਦਰੋਣਾਚਾਰੀਆ ਕੋਲੋਂ ਉਸ ਵੇਲੇ ਮੰਗਿਆ ਸੀ ਉਹ ਵੀ ਤੇ ਪੂਰਾ ਹੋ ਕੇ ਹੀ ਰਹੇਗਾ ਅਰਜੁਨ ਇੱਕ ਪਲ ਚੁੱਪ ਰਿਹਾ ਫਿਰ ਤਨੁਖ ਤੇ ਬਾਣ ਚੜਾਉਣ ਲਈ ਹੱਥ ਚੁੱਕਿਆ ਮੈਂ ਉਸ ਵੇਲੇ ਉਸ ਉੱਤੇ ਤੀਰਾਂ ਦੀ ਐਸੀ ਵਰਖਾ ਕੀਤੀ ਕਿ ਉਸ ਦੇ ਹੋਸ਼ ਉੱਡ ਗਏ। ਬਹੁਤ ਦੇਰ ਤੱਕ ਇਸੇ ਤਰ੍ਹਾਂ ਲੜਾਈ ਚੱਲਦੀ ਰਹੀ। ਕਿਰਣਾ ਅਤੇ ਬਦਲੇ ਦੀ ਭਾਵਨਾ ਇੱਕ ਬਹੁਤ ਵੱਡੀ ਸ਼ਕਤੀ ਹੈ। ਪਿਆਰ ਤੋਂ ਵੀ ਵੱਡੀ ਜੋ ਇੱਕ ਯੋਧਾ ਨੂੰ ਮਨੋਬਲ ਅਤੇ ਉਦੇਸ਼ ਦਿੰਦੀ ਹੈ ਆਪਣੇ ਵੈਰੀ ਨਾਲ ਲੜਨ ਲਈ। ਕਿਰਣਾ ਇੱਕ ਅੰਧਵਿਸ਼ਵਾਸ ਹੈ। ਮੈਂ ਅਰਜੁਨ ਨੂੰ ਸਿਰਫ ਇਸ ਲਈ ਨਫ਼ਰਤ ਨਹੀਂ ਸੀ ਕਰਦਾ ਕਿ ਉਸਨੇ ਮੇਰਾ ਅੰਗੂਠਾ ਕਟਵਾਇਆ ਸੀ ਬਲਕਿ ਇਸ ਲਈ ਵੀ ਕਿ ਅਰਜੁਨ ਪ੍ਰਤੀਨਿਧੀ ਸੀ ਆਰਿਆ ਜਾਤੀ ਦਾ ਜੋ ਅਸੁਰ ਜਾਤੀ ਦੇ ਅੰਗੂਠੇ ਕਟਵਾਉਣ ਅਤੇ ਉਹਨਾਂ ਨੂੰ ਸ਼ਕਤੀਹੀਣ ਕਰਕੇ ਆਪਣੇ ਦਾਸ ਬਣਾਉਣ ਦੀਆਂ ਯੋਜਨਾਵਾਂ ਵਿੱਚ ਵਿਅਸਤ ਸਨ ਜਦ ਵੀ ਕ੍ਰਿਸ਼ਨ ਵਾਪਸ ਪਰਤਣ ਲਈ ਰਾਤ ਨੂੰ ਆਉਂਦਾ ਮੇਰਾ ਰਸਤਾ ਰੋਕੇ ਸਾਹਮਣੇ ਖੜਾ ਹੋ ਜਾਂਦਾ ਆਖਰ ਅਰਜੁਨ ਬੋਲਿਆ ਜੇ ਚਾਹਾਂ ਤਾਂ ਇੱਕ ਪਲ ਵਿੱਚ ਤੈਨੂੰ ਯਮਲੋਕ ਪਹੁੰਚਾ ਦੇਵਾਂ ਪਰ ਤੂੰ ਜਾਣਦਾ ਏ ਕਿ ਮੈਂ ਤੈਨੂੰ ਮਾਰ ਕੇ ਇੱਕ ਹੋਰ ਪਾਪ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ ਆਖਰ ਕਦ ਤੱਕ ਤੂੰ ਮੇਰਾ ਰਸਤਾ ਰੋਕ ਕੇ ਖੜਾ ਰਹੇਗਾ ਜਦ ਤੱਕ ਅੱਜ ਦਾ ਸੂਰਜ ਦਿਹਾੜੇ ਤੋਂ ਪਰੇ ਨਹੀਂ ਹੋ ਜਾਂਦਾ ਮੈਂ ਕਹਿਣਾ ਤੇ ਨਹੀਂ ਸੀ ਚਾਹੁੰਦਾ ਪਰ ਮੇਰੇ ਮੂੰਹੋਂ ਨਿਕਲ ਗਿਆ ਕਿਉਂਕਿ ਉਹੀ ਦਰੋਣਾਚਾਰਿਆ ਜਿਸ ਨੂੰ ਕਹਿ ਕੇ ਤੂੰ ਮੇਰਾ ਅੰਗੂਠਾ ਕਟਵਾਇਆ ਸੀ ਅੱਜ ਚੱਕਰਵੀਉ ਦੀ ਰਚਨਾ ਕਰਕੇ ਤੇਰੇ ਭਰਾ ਯੁਦਿਸ਼ਠਰ ਨੂੰ ਬੰਦੀ ਬਣਾਉਣ ਲਈ ਅੱਗੇ ਵਧ ਰਹੇ ਹੋਣਗੇ ਜਾਂ ਸ਼ਾਇਦ ਬੰਦੀ ਮੇਰਾ ਵਾਕ ਹਲੇ ਪੂਰਾ ਨਹੀਂ ਸੀ ਹੋਇਆ ਕਿ ਉਸ ਨੇ ਆਪਣੇ ਤਰਕਸ਼ ਵਿੱਚੋਂ ਇੱਕ ਵਿਸ਼ੇਸ਼ ਤੀਰ ਚੁਣ ਕੇ ਕੱਢਿਆ ਗਾਂਢੀਵ ਤੇ ਚੜਾਇਆ ਕੰਨਾਂ ਤੱਕ ਖਿੱਚਿਆ ਤੇ ਛੱਡ ਦਿੱਤਾ ਦਿਲ ਕੰਬਾ ਦੇਣ ਵਾਲੀ ਧੁਨੀ ਗੰਢੀ ਵਿੱਚੋਂ ਨਿਕਲੀ ਅਤੇ ਅਗਲੇ ਹੀ ਪਲ ਤੀਰ ਮੇਰੇ ਕਵਚ ਨੂੰ ਕੱਟਦਾ ਹੋਇਆ ਮੇਰੇ ਮੋਢੇ ਵਿੱਚ ਆ ਖੁੱਬਿਆ ਮੈਂ ਸੱਜੇ ਹੱਥ ਨਾਲ ਜ਼ੋਰ ਲਾ ਕੇ ਤੀਰ ਬਾਹਰ ਕੱਢਿਆ ਲਹੂ ਦੀ ਧਾਰ ਬਾਰ ਨਿਕਲੀ ਤੇ ਮੇਰੇ ਕਵਚ ਮਰੇ ਕਪੜਿਆਂ ਉੱਤੇ ਲਖੀਰ ਜਹੀ ਬਣਾਉਂਦੀ ਥੱਲੇ ਵੱਲ ਤੁਰੀ ਮੈਂ ਆਪਣੇ ਮitani ਗੁਰੂ ਦੇ ਦਿੱਤੇ ਹੋਏ 7 ਕਾਲੀ ਤੂਤ ਦੇ ਬਣੇ ਤੀਰਾਂ ਵਿੱਚੋਂ ਇੱਕ ਤੀਰ ਕੱਢਿਆ ਤੇ ਦੂਜੇ ਹੀ ਪਲ ਉਹ ਤੀਰ ਅਰਜੁਨ ਦੇ ਪਿੱਤਲ ਦੇ ਕਵਚ ਨੂੰ ਕੱਟਦਾ ਖੱਬੀ ਬਾਹ ਵਿੱਚ ਜਾ ਖੁਬਾ ਦੂਜਾ ਕਾਲੇ ਰੰਗ ਦਾ ਤੀਰ ਉਸ ਤੇ ਸੀਨੇ ਵੱਲ ਸਾਧ ਕੇ ਮਾਰਿਆ ਪਰ ਇਸ ਵਾਰੀ ਕ੍ਰਿਸ਼ਨ ਨੇ ਰੱਥ ਕੁਮਾ ਕੇ ਬਚਾ ਲਿਆ ਫਿਰ ਉਸਨੇ ਮੇਰੇ ਦੋ ਕੋੜੇ ਮਾਰ ਦਿੱਤੇ ਅਤੇ ਮੈ ਵੀ ਉਸ ਦੇ ਦੋ ਕੋੜਿਆਂ ਨੂੰ ਲੰਮੇ ਪਾ ਦਿੱਤਾ ਹੁਣ ਅਸੀਂ ਆਪਣੇ ਰੱਥਾਂ ਤੋਂ ਉਤਰ ਕੇ ਇੱਕ ਦੂਜੇ ਦੇ ਸਾਹਮਣੇ ਧਰਤੀ ਉੱਤੇ ਆ ਖੜੇ ਸਾਂ ਮੈਂ ਤੋ ਸ਼ਾਰ ਨਾਮ ਦਾ ਬਾਣ ਤਨੁਖ ਤੇ ਚੜਾਇਆ ਇਹ ਬਾਣ ਮੈਨੂੰ ਰਾਜਾ ਸੁਸਰਮਨ ਨੇ ਖਾਸ ਅੱਜ ਦੀ ਲੜਾਈ ਲਈ ਦਿੱਤਾ ਸੀ ਇਸ ਤੋਂ ਅਰਜੁਨ ਕਿਸੇ ਤਰ੍ਹਾਂ ਨਹੀਂ ਸੀ ਬਚ ਸਕਦਾ ਮੈਨੂੰ ਪੂਰਾ ਯਕੀਨ ਸੀ ਭयंकर ਤੂਨੀ ਪੈਦਾ ਕਰਦਾ ਹੋਇਆ ਬਾਣ ਮੇਰੇ ਤਨੁਖ ਵਿੱਚੋਂ ਨਿਕਲਿਆ ਪਰ ਐਨ ਉਸੇ ਵੇਲੇ ਕ੍ਰਿਸ਼ਨ ਨੇ ਅਰਜੁਨ ਦੇ ਅੱਗੇ ਆ ਕੇ ਬਾਣ ਆਪਣੀ ਛਾਤੀ ਉੱਤੇ ਰੋਕ ਲਿਆ ਫਿਰ ਕ੍ਰਿਸ਼ਨ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਅਸੀਂ ਦੋਵਾਂ ਨੇ ਆਪੋ ਆਪਣੇ ਰੱਥਾਂ ਦੇ ਜ਼ਖਮੀ ਘੋੜੇ ਬਦਲੇ ਲੜਾਈ ਫਿਰ ਸ਼ੁਰੂ ਹੋ ਗਈ ਮੇਰੇ ਜ਼ਖਮੀ ਮੋਢੇ ਵਿੱਚ ਦਰਦ ਵਧ ਰਿਹਾ ਸੀ ਤੇ ਤੀਰ ਚਲਾਉਣ ਦੀ ਸ਼ਕਤੀ ਘਟ ਰਹੀ ਸੀ ਕ੍ਰਿਸ਼ਨ ਅਰਜੁਨ ਦੇ ਰੱਥ ਨੂੰ ਲੈ ਕੇ ਹੌਲੀ-ਹੌਲੀ ਕੁਰੂ ਖੇਤਰ ਵੱਲ ਸਰਕਣ ਲੱਗੇ ਪਰ ਜਦ ਤੱਕ ਉਹ ਕੁਰੂ ਖੇਤਰ ਪਹੁੰਚੇ ਸੂਰਜ ਡੁੱਬ ਗਿਆ ਸੀ ਕੌਰਵ ਸੈਨਾ 유ਦਿਸ਼ਤਰ ਨੂੰ ਤਾਂ ਬੰਦੀ ਨਾ ਬਣਾ ਸਕੀ ਪਰ ਅਰਜੁਨ ਦਾ ਪੁੱਤਰ ਅਭਿਮਨਯੋ ਉਸ ਚੱਕਰव्यूਹ ਵਿੱਚ ਫਸ ਕੇ ਕੌਰਵ ਮਹਾਰਥੀਆਂ ਹੱਥੋਂ ਮਾਰਿਆ ਗਿਆ ਸੀ